ਸੁਭ ਕਹਿ ਦਿੱਤਾ ਹੈ ਜਬਰਾਈਲ ਇਹ ਗੱਲ ਤੇ ਤੂੰ
ਮੈਨੂੰ ਮੇਰਾ ਸੋਹਣਾ ਜਿਸ ਅਦਾ ਵਿੱਚ ਸੋਹਣਾ ਲੱਗਦਾ ਮੈਂ ਉਸ ਸਿਫਤ ਨਾਲ ਆਪਣੇ ਨਬੀ ਨੂੰ ਬੁਲਾ ਲੈਣਾ। ਅੱਛਾ ਰੱਬਾ, ਚਲੋ ਮੈਂ ਨਾਂ ਨਹੀਂ ਲੈਂਦਾ, ਤੇ ਜਦੋਂ ਮੈਂ ਜਾਣਾ ਤੇ ਕਿਸ ਤਰੀਕੇ ਨਾਲ ਤੇਰਾ ਸੋਹਣਾ ਤੇ ਆਰਾਮ ਕਰ ਰਿਹਾ। ਜਿਬਰੀਲ, ਗੱਲ ਸੁਣ, ਤੂੰ ਜਾ ਕੇ ਨਾ ਤੇ ਜਿਸ ਜਗ੍ਹਾ ਤੇ ਮੇਰਾ ਨਬੀ ਆਰਾਮ ਕਰ ਰਿਹਾ ਨਾ, ਦਰਵਾਜ਼ੇ ਵੱਲੋਂ ਵੀ ਨਹੀਂ ਜਾਣਾ, ਛੱਤ ਵੱਲੋਂ ਜਾਣਾ ਹੈ। ਅੱਛਾ ਰੱਬਾ, ਛੱਤ ਵੱਲੋਂ, ਛੱਤ ਫਟੇਗੀ, ਆਵਾਜ਼ ਤੇ ਆਏਗੀ? ਲੱਗਾ ਤਾਂ ਨਹੀਂ, ਆਵਾਜ਼ ਨਹੀਂ ਆਏਗੀ। ਅਗਰ ਚ ਬੇਜਾਨ ਚੀਜ਼ ਹੈ ਲੇਕਿਨ ਇਹ ਵੀ ਬੇਅਦਬ ਨਹੀਂ ਹੋ ਸਕਦੀ। ਅੱਛਾ ਰੱਬਾ, ਤੋਂ ਛੱਤ ਸਾਈਡ ਤੇ ਕਿਵੇਂ ਹੋਏਗੀ? ਇਹ ਗੱਲ ਮੈਂ ਸਮਝਾਉਂਦਾ ਜਾਵਾਂ। ਮਹਿਰਾਜ ਦੇ ਤਿੰਨ ਹਿੱਸੇ ਨੇ, ਉਸ ਕਰਕੇ ਤੁਹਾਨੂੰ ਪਤਾ ਲੱਗਿਆ ਸੁਣਿਆ ਕਿ ਮਹਿਰਾਜ ਦੇ ਕਿੰਨੇ ਹਿੱਸੇ ਨੇ। ਪਹਿਲਾ ਹਿੱਸਾ